ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਗੁਰ ਜੀਓ ਸੰਗ ਤੁਹਾਰੈ ਜਾਣਿਓ ਕੋਟ ਜੋਦ ਵਾ ਕੀ ਬਾਤ ਨ ਪੁੱਛੀਐ ਤਾਂ ਦਰਗਹ ਭੀ ਮਾਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਭਈ ਮਾਟੀ ਸੰਗ ਦੁਰਲੱਭ ਦੇਹ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤੱਤ ਪਛਾਨਿਓ ਕਰ ਮਸਤਕ ਧਰ ਕਟੀ ਜੇਵਰੀ ਨਾਨਕ ਦਾਸ ਦਸਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤੱਤ ਪਛਾਨਿਓ ਕਰ ਮਸਤਕ ਧਰ ਕਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮਹੱਲਾ ਪੰਜਵਾ ਗੁਰ ਜੀਓ ਸੰਗ ਤੁਹਾਰੈ ਜਾਣਿਓ ਕੋਟ ਜੋਦ ਵਾ ਕੀ ਬਾਤ ਨ ਪੁੱਛੀਐ ਤਾਂ ਦਰਗਹ ਭੀ ਮਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੁਪਹਿਰ ਦੇ ਸਮੇਂ ਦੌਰਾਨ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ
ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਨਿਮਰਤਾ ਭਰਪੂਰ ਸ਼ਬਦ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵਾ ਦੇ ਮਹਾਂਵਾਕ ਅਨੁਸਾਰ ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ। ਸੋ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ ਦੇ ਮਾਂ ਵਾਕ ਅਨੁਸਾਰ ਜੋ ਪਾਵਨ ਪਵਿੱਤਰ ਲੜੀਵਾਰ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਕਥਾ ਗੁਰੂ ਘਰ ਵਿਖੇ ਚੱਲ ਰਹੀ ਹੈ, ਉਸ ਦਾ ਵਕਤ ਹੋਇਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਦੋ ਦੋ ਪਦਿਆਂ ਵਾਲੇ ਛੋਟੇ ਸ਼ਬਦ ਸਾਰੰਗ ਰਾਗ ਦੇ ਅੰਦਰ ਆਪ ਜੀ ਦੇ 138 ਸ਼ਬਦ ਸੰਪੂਰਨ ਹੋ ਚੁੱਕੇ ਹਨ। 39ਵਾਂ ਅੱਜ ਸ਼ਬਦ ਦੁੱਪ ਦਾ ਪ੍ਰਾਰੰਭ ਹੋ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਇਆ ਦਾ ਪ੍ਰਭਾਵ ਦਰਸਾਉਂਦੇ ਆ ਰਹੇ ਹਨ। ਉਹ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜਿਨ੍ਹਾਂ ਨੇ ਇੱਥੇ ਆ ਕੇ ਇਸ ਦੇਹੀ ਨੂੰ ਸਮਝਿਆ ਹੈ, ਵਾਹਿਗੁਰੂ ਦੀ ਬਖਸ਼ਿਸ਼ ਹੋਈ ਹੈ, ਕਿਰਪਾ ਰੂਪੀ ਹੱਥ ਗੁਰੂ ਕਿਆ ਨੇ ਸਿਰ 'ਤੇ ਰੱਖਿਆ, ਜਿਹਨੂੰ ਸਮਝ ਪਈ ਹੈ ਇਸ ਦੁਰਲੱਭ ਦੇਹੀ ਦੀ, ਵਾਹਿਗੁਰੂ ਦੇ ਨਾਮ ਨੂੰ ਪਛਾਣਿਆ ਹੈ, ਉਹ ਹੀ ਇਸ ਮਾਇਆ ਦੇ ਭਰਮ ਜਾਲ ਵਿੱਚੋਂ ਨਿਕਲਦਾ ਹੈ। ਨਹੀਂ ਤਾਂ ਵੱਡੇ ਵੱਡੇ ਜਿਹੜੇ ਯੋਧੇ ਨੇ ਉਹ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਜੇ ਹੁੰਦੇ। ਅਤੇ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰ ਲਈ ਉਹਨਾਂ ਨੂੰ ਇਹ ਗਿਆਨ ਹੋ ਜਾਂਦਾ, ਦਰਗਾਹ ਦੇ ਵਿੱਚ ਵੀ ਪ੍ਰਵਾਨਨੀਕ ਹੋ ਜਾਂਦੇ ਨੇ। ਅੱਜ ਦੇ ਪਾਵਨ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਸਾਹਮਣੇ ਦਰਸਾ ਰਹੇ ਹਨ, ਜਿਵੇਂ ਸਤਿਗੁਰੂ ਜੀ ਮਿਹਰ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ, ਗੁਰ ਜੀਓ ਸੰਗ ਤੁਹਾਰਾ ਜਾਣਿਓ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਦਾ ਕੈਸਾ ਗਿਆਨ ਹੈ, ਕੈਸਾ ਧਿਆਨ ਹੈ। ਗੁਰ ਜੀਓ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਨਿਰੰਜਨੀ ਜੋਤ ਨਿਰੰਕਾਰੀ ਸਤਿਗੁਰੂ ਜੀ ਦੇ ਚੌਥੇ ਸਰੂਪ, ਧੰਨ ਸ੍ਰੀ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀਓ, ਤੁਹਾਡੇ ਨਾਲ ਸੰਗ ਤੁਹਾਰਾ ਜਾਣਿਓ। ਤੁਹਾਡੀ ਸੰਗਤ ਕਰਕੇ ਗੱਗੇ ਨੂੰ ਸਿਹਾਰੀ ਹੈ ਸੰਗੀ, ਸੰਗਤ ਇਸਤਰੀ ਵਾਚਕ ਬਣ ਜਾਂਦਾ, ਇਸਤਰੀ ਲਿੰਗ ਬਣ ਜਾਂਦਾ ਜਦੋਂ ਸਿਹਾਰੀ ਆ ਜਾਂਦੀ ਹੈ। ਤੁਹਾਡੀ ਸੰਗਤ ਕਰਕੇ ਸੱਚੇ ਪਾਤਸ਼ਾਹ ਸੰਗ ਤੁਹਾਰਾ ਜਾਣਿਓ, ਇਹ ਜਾਣਨਾ ਕੀਤਾ, ਇਹ ਸਮਝ ਪੈ ਗਈ ਹੈ, ਇਹ ਗਿਆਨ ਹੋ ਗਿਆ। ਇਕੱਲਾ ਇਸ ਲੋਕ ਦਾ ਨਹੀਂ ਹੋਇਆ, ਪਰਲੋਕ ਦਾ ਵੀ ਹੋ ਗਿਆ। ਪਰਲੋਕ ਦਾ ਜਿਹੜਾ ਸ਼ੀਸ਼ਾ ਹੈ ਉਹ ਵੀ ਤੁਹਾਡੇ ਸ਼ਬਦ ਦੇ ਗਿਆਨ ਨੇ, ਤੁਹਾਡੀ ਬਖਸ਼ਿਸ਼ ਨੇ ਵਿਖਾ ਦਿੱਤਾ। ਉਹ ਕੀ ਹੈ ਕਿ ਕੋਟ ਜੋਧ ਉਹ ਆ ਕੀ ਬਾਤ ਨਾ ਪੁੱਛੀ ਹੈ,
ਤਾਂ ਦਰਗਹਿ ਭੀ ਮਾਨਿਓ। ਜਿਹੜੇ ਦੁਨੀਆਂ ਦੇ ਵਿੱਚ ਕੋਟ ਯੋਧ ਕਰੋੜਾਂ ਯੋਧੇ ਨੇ ਨਾ, ਕਰੋੜਾਂ ਯੋਧੇ ਮਹਾਂਬਲੀ ਆਪਣੇ ਆਪ ਨੂੰ ਖਵਾਉਂਦੇ ਨੇ, ਇੱਥੇ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਨੇ, ਲੋਕਾਂ ਨੂੰ ਜਿੱਤ ਜਿੱਤ ਕੇ। ਪੁਰਾਣੇ ਸਮਿਆਂ ਵਿੱਚ ਬੜੇ ਲੋਕ ਆਪ ਮੁਹਾਰੇ ਯੋਧੇ ਬਣਿਆ ਕਰਦੇ ਸਨ, ਆਪੋ ਆਪਣੇ ਇਲਾਕੇ ਵਿੱਚ ਲੋਕਾਂ 'ਤੇ ਰੋਬ ਮਾਰਦੇ ਸਨ, ਜਿਹੜੇ ਸਰੀਰ ਕਰਕੇ ਥੋੜ੍ਹੇ ਜਿਹੇ ਬਲੀ ਹੁੰਦੇ ਸੀ। ਚੰਗੀ ਕੋਈ ਬਰਛੀ ਬੁਰਛੀ ਚਲਾਉਣੀ ਆ ਜਾਂਦੀ ਸੀ, ਉਸ ਵੇਲੇ ਲੋਕਾਂ 'ਤੇ ਰੋਬ ਮਾਰਦੇ ਸਨ, ਆਪੋ ਆਪਣੇ ਇਲਾਕਿਆਂ ਦੇ ਵਿੱਚ ਆਪਣੀ ਤਾਂਕ ਜਮਾਉਂਦੇ ਸੀ, ਇੱਕ ਰਾਜੇ ਹੋਇਆ ਕਰਦੇ ਸੀ, ਇੱਕ ਆਮ ਲੋਕ ਹੋਇਆ ਕਰਦੇ ਸਨ। ਹੌਲੀ ਹੌਲੀ ਫਿਰ ਵੈਲੀਆਂ ਦੇ ਰੂਪ ਵਿੱਚ ਵੀ ਬਦਲ ਗਏ ਬਾਅਦ ਦੇ ਵਿੱਚ। ਸਤਿਗੁਰਾਂ ਦੇ ਵੇਲੇ ਉਹ ਜਿਹੜੇ ਯੋਧੇ ਖਵਾਉਂਦੇ ਸੀ ਬੜੇ ਹੁੰਦੇ ਸੀ, ਜਿਹੜੇ ਲੋਕਾਂ ਨੂੰ ਤੰਗ ਕਰਿਆ ਕਰਦੇ ਸਨ। ਅਰਜੈਦ ਪੁਰਾਣਾ ਵੀ ਇਸੇ ਤਰ੍ਹਾਂ ਦਾ ਸੀ। ਮਹਾਰਾਜ ਦੇ ਇਲਾਕੇ ਵਿੱਚ ਸਾਧ ਸੰਗਤ ਜੀ ਬੜਾ ਯੋਧਾ ਖਵਾਉਂਦਾ ਸੀ, ਬਰਛੀ ਉਹਨੂੰ ਚਲਾਉਣੀ ਆਉਂਦੀ ਸੀ ਅਤੇ ਬਲ ਬਹੁਤ ਸੀ ਸਰੀਰ ਦੇ ਵਿੱਚ, ਔਰ ਜਿਹਦੇ ਬਰਛੀ ਮਾਰ ਦਿੰਦਾ ਸੀ ਉਡਾ ਕੇ ਰੱਖ ਦਿੰਦਾ ਸੀ ਉਹਨੂੰ ਆਪਣੇ ਸਾਹਮਣਿਓਂ। ਸੋ ਇਹ ਵੀ ਜਿਹੜਾ ਸੀ ਬੜਾ ਜ਼ੁਲਮ ਕਰਦਾ ਸੀ, ਜੇ ਕੋਈ ਨਵਾਂ ਡੋਲਾ ਲੈ ਕੇ ਆਉਂਦਾ ਇਸ ਇਲਾਕੇ ਵਿੱਚ, ਇਹਦੇ ਪਿੰਡ ਦੇ ਰਾਹ ਤੋਂ ਦੀ ਲੰਘਣਾ ਹੁੰਦਾ, ਉਹਨੇ ਡੋਲਾ ਵਿਆਹ ਕੇ ਲੈ ਕੇ ਆਉਂਦਾ ਕੋਈ ਪੁਰਸ਼, ਇਹ ਉਹ ਡੋਲੇ ਵਿੱਚੋਂ ਉਤਾਰ ਕੇ ਉਹਦੀ ਇਸਤਰੀ ਨੂੰ ਨਵੀਂ ਵਿਆਹੀ ਨੂੰ ਕਹਿੰਦਾ ਮੇਰੇ ਪਹਿਲਾਂ ਕੰਧ ਦੇ ਉੱਪਰ ਮਿੱਟੀ ਦਾ ਥੋਬਾ ਲਾ ਕੇ ਜਾਵੇ, ਨਹੀਂ ਮੈਂ ਲੰਘਣ ਨਹੀਂ ਦੇਵਾਂਗਾ। ਮਿੱਟੀ ਦਾ ਥੋਬਾ ਲਵਾਉਂਦਾ ਹੁੰਦਾ ਸੀ ਇਹ। ਇਹੋ ਜਿਹੇ ਲੋਕ ਬੜੇ ਯੋਧੇ ਸਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਸੁਧਾਰਿਆ। ਸੋ ਹੰਕਾਰ ਕਰਨ ਵਾਲੇ ਬਲੀ ਵੱਡੇ ਵੱਡੇ ਦੁਨੀਆਂ ਦੇ ਵਿੱਚ ਯੋਧੇ ਖਵਾਉਂਦੇ ਸੀ, ਕੋਟ ਯੋਧ ਇੱਥੇ ਲੜਾਈਆਂ ਕਰਕੇ ਜੰਗ ਜਿੱਤਣ ਵਾਲੇ, ਆਪਣੀ ਤੂਤੀ ਵਜਾਉਣ ਵਾਲੇ, ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹਿਰਦਾ ਖਾਲੀ ਸੀ। ਕੋਟ ਯੋਧ ਵਾ ਕੀ ਬਾਤ ਨਾ ਪੁੱਛੀ ਹੈ, ਜਿਸ ਦਰਗਾਹ ਦੇ ਵਿੱਚ ਵਾਹਿਗੁਰੂ ਦੇ ਦਰ 'ਤੇ ਇੱਥੋਂ ਗਿਆ ਕਰੋੜਾਂ ਯੋਧੇ ਜਿਹੜੇ ਆ, ਉਹ ਆ ਕੀ ਬਾਤ ਨਾ ਪੁੱਛੀ ਹੈ, ਉਹਨਾਂ ਦੀ ਜਿੱਥੇ ਗੱਲ ਨਹੀਂ ਪੁੱਛੀ ਜਾਂਦੀ, ਕੋਈ ਸੁਣਵਾਈ ਨਹੀਂ। ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਸੱਖਣੇ ਹੋਣ ਕਰਕੇ ਹਿਰਦੇ ਹਉਮੈ ਦੇ ਵਿੱਚ ਲੋਕਾਂ ਨੂੰ ਦੁੱਖ ਦੇਣ ਕਰਕੇ, ਲੜ ਭਿੜ ਕੇ ਜਾਣ ਕਰਕੇ, ਜ਼ੁਲਮ ਕਰਨ ਕਰਕੇ ਉਹਨਾਂ ਦੀ ਉੱਥੇ ਬਾਤ ਨਹੀਂ ਪੁੱਛੀ ਜਾਂਦੀ। ਜਿੱਥੇ ਵੱਡੇ ਵੱਡੇ ਹਾਰ ਜਾਂਦੇ ਨੇ, ਦਸਮ ਪਾਤਸ਼ਾਹ ਦੀ ਬਾਣੀ ਪੜ੍ਹੀਏ ਅਤੇ ਆਮ ਲੋਕਾਂ ਦੀ ਕੀ ਗੱਲ। ਮਹਾਰਾਜ ਨੇ ਇਹ ਵੀ ਕਹਿਤਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਗੁਰੂ ਦੀ ਸੰਗਤ ਕਰਕੇ ਗਿਆਨ ਹੋ ਜਾਂਦਾ। ਕਈ ਰਾਮ ਕ੍ਰਿਸ਼ਨ ਰਸੂਲ, ਮਹਾਰਾਜ ਜੀ ਕਹਿੰਦੇ ਕਈ ਇੱਥੇ ਰਾਮ ਕ੍ਰਿਸ਼ਨ ਰਸੂਲ ਨਾਮ ਹੈ ਪੈਗੰਬਰਾਂ ਦਾ, ਇਸਲਾਮ ਦੇ ਜਿਹੜੇ ਪੈਗੰਬਰ ਨੇ ਆਉਂਦੇ, ਕੋਈ ਸੁਨੇਹਾ ਲੈ ਕੇ ਉਹਨਾਂ ਨੂੰ ਰਸੂਲ ਵੀ ਕਿਹਾ। ਕਈ ਰਾਮ ਕ੍ਰਿਸ਼ਨ ਰਸੂਲ ਬਿਨ ਭਗਤ ਕੋ ਨਾ ਕਬੂਲ, ਉੱਥੇ ਵਾਹਿਗੁਰੂ ਦੇ ਦਰ 'ਤੇ ਬਿਨਾਂ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਕੋਈ ਵੀ ਪ੍ਰਵਾਨ ਨਹੀਂ ਹੁੰਦਾ, ਮੰਨਿਆ ਨਹੀਂ ਜਾਂਦਾ ਹੈ। ਸੋ ਵਾਹਿਗੁਰੂ ਦੇ ਨਾਮ ਜਪਣ ਵਾਲੇ, ਸੋ ਉਹ ਜਿਹੜੇ ਵੱਡੇ ਵੱਡੇ ਖਾਲੀ ਰਹਿ ਜਾਂਦੇ ਨੇ, ਵੀ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਜੇ ਪੁਰੀਆਂ ਦੇ ਵਿੱਚ ਰਾਜ ਕਰਨ ਵਾਲੇ ਦੇਵਤੇ ਤਪੱਛਿਆ ਮੁੱਕ ਜਾਂਦੀ ਹੈ, ਰਾਜ ਵੀ ਖਤਮ ਹੋ ਜਾਂਦਾ ਹੈ, ਜੂਨੀਆਂ ਵਿੱਚ ਪੈਣਾ ਪੈਂਦਾ ਉਹਨਾਂ ਨੂੰ ਵੀ ਜੂਨੀਆਂ ਵਿੱਚ। ਸੋ ਬ੍ਰਹਮਾ ਬੇਸਨ ਮਹੇਸ਼ ਸੱਚੀ ਪਾਤ ਅੰਤ ਫਸੇ ਜਮ ਫਾਸ ਪਰੇਂਗੇ, ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਤੁਹਾਨੂੰ ਜਮਾਂ ਦੀ ਫਾਹੀ ਪਵੇਗੀ। ਜੇ ਨਰ ਸਿਰੀ ਪੱਤ ਕੇ ਪ੍ਰਾਸ ਹੈ ਪਾਗ, ਤੇਹ ਨਰ ਫਿਰ ਨਾ ਦੇਹ ਤਰਾਏਂਗੇ, ਜਿਹੜੇ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਪਰਸ ਲੈਂਦੇ ਨੇ, ਮਨ ਬੁੱਧ ਹੱਥਾਂ ਦੇ ਨਾਲ ਪਕੜ ਲੈਂਦੇ ਨੇ, ਗੁਰੂ ਦੀ ਸ਼ਰਨ ਲੈ ਕੇ ਤੇਹ ਨਰ ਫਿਰ ਨਾ ਦੇਹ ਤਰਾਏਂਗੇ, ਉਸ ਦਰਗਾਹ ਵਿੱਚ ਉਹ ਪ੍ਰਵਾਨ ਹੁੰਦੇ ਨੇ,
ਫਿਰ ਉਹਨਾਂ ਨੂੰ ਜੰਮਣ ਮਰਨ ਨਹੀਂ ਇਹਦੇ ਵਿੱਚ ਨਹੀਂ ਆਉਣਾ ਪੈਂਦਾ। ਕਾਲ ਚੱਕਰ ਮੁੱਕ ਜਾਂਦਾ, ਉਹ ਸੁਰਖਰੂ ਹੋ ਜਾਂਦੇ ਨੇ, ਸੁਰਖਰੂ ਰੱਬ ਦੇ ਪਿਆਰੇ। ਇਹ ਦੇਹੀ ਅੱਗੇ ਦੱਸਣਗੇ ਦੁਰਲੱਭ ਹੈ, ਇਹਦਾ ਪ੍ਰਯੋਜਨ ਕੀ ਹੈ। ਅਤੇ ਜੇ ਇਸ ਦੇਹ ਨੂੰ ਪਾ ਕੇ ਭਾਵੇਂ ਵੱਡੇ ਵੱਡੇ ਯੋਧੇ ਸੂਰਮੇ ਖਵਾਏ, ਜਿਹੜੇ ਕੋਟ ਜੋਧੋ ਆ ਕੀ ਬਾਤ ਨਾ ਪੁੱਛੀ ਹੈ। ਜਦੋਂ ਦੀ ਇਹ ਦੁਨੀਆ ਬਣੀ ਹੈ, ਕਰੋੜਾਂ ਯੋਧੇ ਹੋ ਚੁੱਕੇ ਨੇ, ਕਰੋੜਾਂ ਯੋਧੇ। ਇਹ ਧਰਮ ਸ਼ਾਸਤਰ ਸਾਰੇ ਹੀ ਗ੍ਰੰਥ ਸਾਹਿਬਾਨ ਕਥਨ ਕਰਦੇ ਨੇ ਕਿ ਉੱਥੇ ਕਿਸੇ ਦੀ ਵੀ ਬਾਤ ਨਹੀਂ ਪੁੱਛੀ ਜਾਂਦੀ, ਕਿਸੇ ਦੀ ਕੋਈ ਸੁਣਵਾਈ ਨਹੀਂ। ਤਾਂ ਦਰਗਾਹ ਭੀ ਮਾਨੇ ਹੋ, ਤਾਂ ਉਸ ਦਰਗਾਹ ਦੇ ਵਿੱਚ ਗੁਰੂ ਸਾਹਿਬ ਜੀ ਤੁਹਾਡੀ ਸੰਗਤ ਕਰਕੇ ਜਾਣ ਲਿਆ ਕਿ ਜੇਕਰ ਗੁਰੂ ਕੀ ਸੰਗਤ ਕੋਈ ਕਰੇ, ਨਾਮ ਜਪੇ, ਭਾਵੇਂ ਗਰੀਬ ਹੋਵੇ, ਕੰਗਾਲ ਸਰੀਰ ਕਰਕੇ ਕਮਜ਼ੋਰ ਹੋਵੇ, ਉਸ ਵਾਹਿਗੁਰੂ ਦੀ ਦਰਗਾਹ ਵਿੱਚ ਉਹ ਵੀ ਮੰਨਿਆ ਜਾਂਦਾ ਹੈ, ਉਹ ਸਤਿਕਾਰਿਆ ਜਾਂਦਾ ਹੈ, ਉਹਨੂੰ ਸਿਰ ਪਾਓ ਮਿਲਦਾ, ਜਸ ਦਾ ਸਿਰ ਪਾਓ। ਤਿੰਨ ਮੁੱਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਓ, ਉਹਨਾਂ ਦੇ ਟਿੱਕੇ ਜਸ ਦੇ ਮੱਥੇ 'ਤੇ ਕੱਢੇ ਜਾਂਦੇ ਨੇ, ਲਾਏ ਜਾਂਦੇ ਨੇ, ਜਿਨ੍ਹਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਦਾ ਨਾਮ ਹੁੰਦਾ ਹੈ। ਭਗਤ ਉੱਥੇ ਕਬੂਲ ਹੁੰਦੇ ਨੇ, ਭਗਤ। ਸੋ ਮਹਾਰਾਜ ਸਾਹਿਬ ਦੇ ਪਾਵਨ ਬਚਨ ਆਏ ਨੇ, ਜਿਹੜੇ ਦੋ ਤਰ੍ਹਾਂ ਦੇ ਸੂਰਮੇ ਸਾਨੂੰ ਬਣਾਇਆ, ਆਮ ਇਹ ਝੂਠੀ ਸੂਰਮ ਗਤੀ ਹੰਕਾਰ ਜ਼ੁਲਮ ਕਰਨਾ ਛੁਡਾ ਕੇ। ਸੋ ਮਹਾਰਾਜ ਸਾਹਿਬ ਜੀ ਨੇ ਰੂਹਾਨੀਅਤ ਦੇ ਤੌਰ 'ਤੇ ਨਾਮ ਦੀ ਦਾਤ ਦੇ ਕੇ ਆਪਣੇ ਚਰਨਾਂ ਨਾਲ ਜੋੜ ਕੇ ਸਾਨੂੰ ਸੂਰਮੇ ਬਣਾਇਆ, ਮਨ ਕਰਕੇ ਅਤੇ ਤਨ ਕਰਕੇ ਜਿਸਮਾਨੀ ਸੂਰਮੇ ਵੀ ਬਣਾਇਆ। ਸੋ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਬਹਾ ਬਲ ਸੂਰ, ਸੋ ਤਿੰਨ ਮਹਿ ਰਾਮ ਰਹਿਆ ਭਰਪੂਰ। ਐਸੇ ਉਸ ਅਵਸਥਾ ਵਿੱਚ ਕਰਮ ਖੰਡ ਵਿੱਚ ਜੋਧਾ ਮਹਾਂਬਲੀ ਸੂਰਮਾ ਬਣ ਜਾਂਦਾ ਗੁਰੂ ਕਾ ਸਿੱਖ। ਮਨ ਦੇ ਵਿੱਚ ਪਹਿਲਾਂ ਆਪਣੇ ਮਨ ਨੂੰ ਜਿੱਤਦਾ, ਸ਼ਬਦ ਦੇ ਆਸਰੇ ਇੱਕ ਨੂੰ ਜਿੱਤਦਾ, ਫਿਰ ਮਨ ਦੇ ਜਿੰਨੇ ਫੁਰਨੇ ਨੇ, ਦਸ ਇੰਦਰੀਆਂ, ਪੰਜ ਗਿਆਨ ਇੰਦਰੇ, ਕਰਮ ਇੰਦਰੇ, ਇਹਨਾਂ ਨੂੰ ਵੀ ਜਿੱਤ ਲੈਂਦਾ। ਪਹਿਲਾਂ ਯੋਧਾ ਹੁੰਦਾ, ਫਿਰ ਮਹਾਂਬਲੀ ਇੰਦਰੀਆਂ ਨੂੰ ਵਸ ਕਾਬੂ ਪਾ ਲੈਂਦਾ, ਅਤੇ ਸੂਰਮਾ ਉਹ ਹੁੰਦਾ ਜਿਹੜਾ ਅਣਗਿਣਤਾਂ ਨਾਲ ਲੜਦਾ ਹੈ, ਲੱਖਾਂ ਚੜਿਆਇਆਂ ਦੀ ਪਰਵਾਹ ਨਾ ਕਰੇ, ਉਹਨੂੰ ਸੂਰਮਾ ਕਿਹਾ, ਬੇਫਿਕਰ ਹੋ ਕੇ। ਸੋ ਜਿਹੜਾ ਲੜੇ ਛਾਤੀ ਡਾ ਦੇਵੇ, ਗਿਣਤੀ ਨਾ ਵੇਖੇ ਅੱਗੋਂ, ਜਿਵੇਂ ਪੰਜ ਪਿਆਰੇ ਸਾਹਿਬਾਨ, ਤਿੰਨ ਪਿਆਰੇ ਸਾਹਿਬਾਨ ਅਤੇ ਗੁਰੂ ਕੇ ਲਾਡਲੇ ਸਾਹਿਬ ਜ਼ਿਆਦੇ ਚਮਕੌਰ ਦੇ ਜੰਗੇ ਮੈਦਾਨ ਵਿੱਚ ਲੜੇ ਨੇ, ਲੱਖਾਂ ਦੇ ਨਾਲ ਲੱਖਾਂ ਦੇ। ਸੋ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੇ ਸੂਰਮੇ ਸਾਨੂੰ ਬਣਾਇਆ, ਪੈਦਾ ਕੀਤੇ ਹਨ ਜਿਸਮਾਨੀ ਸੂਰਮੇ। ਸੋ ਤਿੱਥੈ ਜੋਧ ਮਹਾਬਲ ਸੂਰ, ਇਹ ਪ੍ਰਵਾਨ ਨੇ, ਮਹਾਬਲੀ ਯੋਧੇ ਹੋ ਜਾਂਦੇ। ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ, ਸੂਰਮਾ ਕੌਣ ਹੈ, ਆਪ ਜੀ ਦੱਸੋ। ਇੱਥੇ ਦੁਨੀਆਂ 'ਤੇ ਬੜੇ ਸੂਰਮੇ ਖਵਾਉਂਦੇ ਨੇ, ਕਦੇ ਕਿਸੇ ਨੂੰ ਰੋਹਬ ਮਾਰ ਲਿਆ, ਕਦੇ ਕਿਸੇ ਨੂੰ ਮਾਰ ਲਿਆ ਕਿਸੇ ਦੀ ਮਜਬੂਰੀ ਜਾਣ ਕੇ। ਸੱਚੇ ਪਾਤਸ਼ਾਹ ਜਿਹੜਾ ਕੋਈ ਇਹੋ ਜਿਹਾ ਹੋਵੇ ਆਪਣੇ ਇਲਾਕੇ 'ਚ ਧਾਂਕ ਜਮਾ ਲਵੇ, ਉਹ ਸੂਰਮਾ। ਸਤਿਗੁਰੂ ਜੀ ਕਹਿਣ ਲੱਗੇ, ਨਹੀਂ, ਪਹਿਲਾਂ ਆਪਣੇ ਮਨ ਦੁਸ਼ਮਣ ਨੂੰ ਜਿਹੜਾ ਜਿੱਤਦਾ ਨਾ, ਉਹ ਸੂਰਮਾ ਹੈ। ਮਨ ਦੁਸ਼ਮਣ ਸਭ ਤੋਂ ਵੱਡਾ ਦੁਸ਼ਮਣ ਹੈ। ਜਿਹਨੇ ਮਨ ਰੂਪੀ ਦੁਸ਼ਮਣ ਜਿੱਤ ਲਿਆ, ਮੰਦ ਵਾਸ਼ਨਾ ਇਹਦੇ ਵਿੱਚੋਂ ਮੇਟ ਲਈ, ਚੜ੍ਹਦੀ ਕਲਾ ਵਾਲਾ ਜੀਵਨ ਬਣਾ ਲਿਆ, ਆਪਣੇ ਹਿਰਦੇ ਨੂੰ ਸਵਾਰ ਲਿਆ, ਉਹ ਗੁਰਮੁਖ ਗੁਰੂ ਕਾ ਸਿੱਖ ਸੂਰਮਾ ਹੈ। ਜਿਨ੍ਹਾਂ ਨੂੰ ਕਿਹਾ ਗੁਰ ਰੰਗੇ ਸੇ ਪਹੇ ਨਿਹਾਲ, ਜਿਨ੍ਹਾਂ ਨੂੰ ਸਤਿਗੁਰੂ ਨੇ ਰੰਗ ਦਿੱਤਾ ਨਾਮ ਦੇ ਰੰਗ ਨਾਲ, ਮਨ ਰੂਪੀ ਵਸਤਰ ਨੂੰ ਨਾਮ ਦਾ ਗੂੜਾ ਚੂ ਚੂਹਾ ਰੰਗ ਚੜ੍ਹਾ ਲਿਆ, ਗੁਰੂ ਕਿਆਂ ਤੋਂ ਲਏ ਕੇ ਅਰਦਾਸਾਂ ਕਰ ਕਰਕੇ। ਸੋ ਉਹ ਸੂਰਮੇ ਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ।
ਉਹ ਤਾਂ ਹੀ ਇਹੋ ਜਿਹਾ ਸੂਰਮਾ ਬਣਦਾ ਜਿਹਦੇ ਉੱਤੇ ਪੂਰੇ ਸਤਿਗੁਰੂ ਦਾ ਹੱਥ ਹੁੰਦਾ ਹੈ, ਮਿਹਰ ਹੁੰਦੀ ਹੈ। ਸੋ ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਇਹੋ ਜਿਹੇ ਸੂਰਮੇ ਬਣਨਾ ਚਾਹੀਦਾ, ਇਹੋ ਜਿਹੇ ਸੂਰਮੇ ਮਹਾਰਾਜ ਸਾਹਿਬ ਬਖਸ਼ਿਸ਼ ਕਰ ਦਿੰਦੇ ਨੇ ਬੇਅੰਤ ਜੀਵਾਂ 'ਤੇ। ਸੋ ਭਗਤ ਕਬੀਰ ਸਾਹਿਬ ਜੀ ਵਰਗੇ, ਰਵਿਦਾਸ ਜੀ ਵਰਗੇ ਗਰੀਬੀ ਵਿੱਚੋਂ ਉੱਠ ਕੇ ਨਾਮ ਜਪਿਆ, ਅਰ ਕਿਹਾ ਸੀ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਛਤਰ ਤਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਟਰੈ, ਨੀਚ ਹੋ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨੀਵਿਆਂ ਨੂੰ ਉੱਚੇ ਚੁੱਕ ਦਿੰਦਾ, ਐਸਾ ਗਿਆਨ ਹੋ ਜਾਂਦਾ ਹੈ ਕਿ ਉਹ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜਗੀ ਨਹੀਂ ਰਹਿ ਜਾਂਦੀ। ਧਰਮ ਰਾਜੇ ਆਦਿਕ ਦੀ ਤਾਂ ਦਰਗਾਹ ਭੀ ਮਾਨੇ ਹੋ, ਉਸ ਦੀ ਦਰਗਾਹ ਵਿੱਚ ਵੀ ਉਹ ਮੰਨੇ ਜਾਂਦੇ ਆ ਨਾਮ ਜਪਣ ਵਾਲੇ ਜਿਹੜੇ ਨੇ, ਜਿੱਥੇ ਵੱਡੇ ਵੱਡੇ ਸੂਰਮਿਆਂ ਦੀ ਬਾਤ ਨਹੀਂ ਪੁੱਛੀ ਜਾਂਦੀ, ਦੋਜਕਾਂ ਦੀ ਅੱਗ ਵਿੱਚ ਪਾ ਕੇ ਸਾੜਦਾ, ਧਰਮ ਰਾਜਾ ਪਰਵਾਹ ਨਹੀਂ ਕਰਦਾ। ਭਲਵਾਨ ਹੋਵੋਗੇ ਤੁਸੀਂ ਦੁਨੀਆਂ 'ਤੇ ਹੋਵੋਗੇ, ਮੈਂ ਲੇਖਾ ਜੋਖਾ ਕਰਨਾ ਹੈ ਨਾਮ ਦੇ ਕਰਕੇ, ਮੈਂ ਤਾਂ ਛੱਡਣਾ ਨਹੀਂ ਛੱਡਣਾ ਨਹੀਂ। ਉੱਥੇ ਰੱਬ ਦੇ ਪਿਆਰਿਆਂ ਦੀ, ਜਨਕ ਵਰਗਿਆਂ ਦੀ, ਜਿਨ੍ਹਾਂ ਨੇ ਗੁਰਮੁਖ ਬਣ ਕੇ ਮਾਇਆ ਦੇ ਵਿੱਚ ਉਦਾਸ ਰਹਿ ਕੇ ਰਾਜ ਹੁੰਦਿਆਂ ਵੀ ਨਾਮ ਜਪਿਆ, ਕਦੇ ਹੰਕਾਰ ਨਹੀਂ ਕੀਤਾ, ਉਹਨਾਂ ਦੀ ਦਰਗਾਹ ਵਿੱਚ ਮਾਨਤਾ ਪ੍ਰਾਪਤ ਹੁੰਦੀ ਉਹਨਾਂ ਦਰਗਾਹ ਵਿੱਚ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਵੱਡਾ ਭਗਤ ਹੈ, ਗੁਰਮੁਖ ਰਾਜ ਹੋ ਕੇ ਇੱਕ ਬੰਨੇ ਰਾਜ, ਇੱਕ ਬੰਨੇ ਵਾਹਿਗੁਰੂ ਦੇ ਨਾਮ ਦਾ ਹਿਰਦੇ ਵਿੱਚ ਵਾਸਾ। ਸੋ ਵੱਡਾ ਭਗਤ ਹੈ ਗੁਰਮੁਖ, ਜਿਹੜਾ ਮਾਇਆ ਵਿੱਚ ਉਦਾਸ ਰਿਹਾ, ਦੇਵ ਲੋਕ ਨੂੰ ਚੱਲਿਆ, ਗਣਗਧਰਬ ਸਭਾ ਸੁਖ ਵਾਸੀ, ਦੇਵ ਲੋਕ ਨੂੰ ਜਦੋਂ ਅੰਤ ਸਮਾਂ ਆਇਆ ਗਿਆ ਸਾਰੀ ਸਭਾ ਦੇ ਸਮੇਤ, ਆਪ ਤਰਿਆ ਸਾਰਿਆਂ ਨੂੰ ਲੈ ਗਿਆ। ਔਰ ਉਸ ਵੇਲੇ ਕਹਿਣ ਲੱਗੇ, ਸੋ ਜੰਪੁਰ ਗਿਆ ਪੁਕਾਰ ਸੁਣ, ਵਿਲ ਲਾਮਨ ਜੀ ਨਰਕ ਨਿਵਾਸੀ। ਜਾਂਦਿਆਂ ਰਸਤੇ ਵਿੱਚ ਜੰਪੁਰੀ ਨਰਕ ਆਏ, ਉੱਥੇ ਉਰੇ ਜਾਂਦਿਆਂ ਸੁਣਿਆ ਵੀ ਆ ਚੀਕ ਝਿਹਾੜਾ ਇੰਨਾ, ਵਿਲ ਲਾਮਨ ਜੀ ਨਰਕ ਨਿਵਾਸੀ। ਦਇਆ ਆ ਗਈ ਦਇਆ ਮਹਾਂਪੁਰਖ ਦੇ ਮਨ ਵਿੱਚ, ਕਹਿਣ ਲੱਗਾ ਇੱਧਰ ਨੂੰ ਵੇਖ ਕੇ ਚੱਲਦੇ ਹੈ। ਜਦੋਂ ਗਿਆ ਧਰਮ ਰਾਜ ਨੂੰ ਵੇਖਿਆ, ਪੁਕਾਰ ਚੀਕ ਦੇ ਬੁਰਾ ਹਾਲ ਜੀਵਾਂ ਦਾ, ਕਹਿਣ ਲੱਗਾ ਛੱਡ ਇਹਨਾਂ ਨੂੰ, ਮੈਂ ਨਹੀਂ ਵੇਖ ਸਕਦਾ, ਇੰਨਾ ਜ਼ੁਲਮ ਕਰ ਰਿਹਾ। ਸੋ ਉਸ ਵੇਲੇ ਉਹਨੇ ਕਿਹਾ, ਜਦੋਂ ਕਿਹਾ ਧਰਮ ਰਾਜੇ ਨੂੰ ਆਖੇ, ਹੁਣ ਸਭਨਾ ਦੀ ਕਰ ਬੰਦ ਖਲਾਸੀ। ਭਾਈ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ, ਉਸ ਵੇਲੇ ਕਰੇ ਬੇਨਤੀ ਧਰਮ ਰਾਏ, ਹੋ ਸੇਵਕ ਠਾਕੁਰ ਅਬਨਾਸੀ। ਜਿਹੜਾ ਕਰੜਾ ਨਾ, ਜਿਹਨੂੰ ਕਰੜਾ ਕਿਹਾ, ਵੀ ਬੜੇ ਸਖ਼ਤ ਸੁਭਾਅ ਵਾਲਾ ਹੈ, ਕਿਸੇ ਨੂੰ ਛੱਡਦਾ ਨਹੀਂ, ਰੱਬ ਦਾ ਪਿਆਰਾ ਜਨਕ ਗਿਆ ਅਤੇ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਉਹ ਧਰਮ ਰਾਜਾ ਹੱਥ ਜੋੜ ਕੇ, ਤਾਂ ਦਰਗਾਹ ਭੀ ਮਾਨੇ ਹੋ। ਸੋ ਉਹਦੀ ਦਰਗਾਹ ਵਿੱਚ ਵੀ ਮੰਨੇ ਜਾਂਦੇ ਨੇ ਰੱਬ ਦੇ ਪਿਆਰੇ, ਉਹਨਾਂ ਦੀ ਮੰਨੀ ਜਾਂਦੀ ਹੈ। ਸੋ ਉਸ ਵੇਲੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਮੈਂ ਠਾਕੁਰ ਬਨਾਸੀ ਵਾਹਿਗੁਰੂ ਦਾ ਸੇਵਕ ਹਾਂ, ਐ ਰੱਬ ਦੇ ਪਿਆਰਿਓ, ਭਗਤ ਜਨੋ, ਬ੍ਰਹਮ ਗਿਆਨੀਓ, ਇਹ ਮੈਨੂੰ ਉਹਦੀ ਰਜਾ ਹੁਕਮ ਹੈ, ਇਹਨਾਂ ਨਾਮ ਨਹੀਂ ਜਪਿਆ, ਉਹਦਾ ਫਲ ਮੈਂ ਭੁਗਤਾ ਰਿਹਾ। ਸੋ ਮਾਨਸ ਜਨਮ ਇਹਨਾਂ ਨੂੰ ਮਿਲਿਆ ਸੀ, ਇਸ ਕਰਕੇ ਕੋਈ ਨਾ ਕੋਈ ਮੇਰਾ ਵੀ ਖਹਿੜਾ ਉੱਧਰੋਂ ਜਵਾਬ ਦੇ ਨਾ ਹੋਵਾਂ, ਵਾਹਿਗੁਰੂ ਦੀ ਸੱਚੀ ਸਰਕਾਰ ਅੱਗੇ ਜਿਹਨੇ ਮੇਰੀ ਡਿਊਟੀ ਲਾਈ ਹੈ, ਕੁਝ ਨਾ ਕੁਝ ਇਹਨਾਂ ਦੇ ਪਾਪਾਂ ਦੇ ਵੱਟੇ ਆਪ ਜੀ ਕੋ ਪੁੰਨ ਰੱਖ ਦਿਓ, ਬ੍ਰਹਮ ਗਿਆਨੀ ਹੋ ਕੋ ਨਾਮ ਰੱਖ ਦਿਓ ਅਤੇ ਗੱਲ ਬਣ ਜਾਵੇਗੀ, ਉਂਝ ਛੱਡਣਾ ਔਖਾ ਹੈ, ਕਰਮਾਂ ਦਾ ਫਲ ਮੈਨੂੰ ਭਗਤ ਹੋਣਾ ਮੇਰੀ ਡਿਊਟੀ ਹੈ। ਉਸ ਵੇਲੇ ਸਾਧ ਸੰਗਤ ਜੀ ਗਹਿਣੇ ਧਰੇ ਹੋਣ ਇੱਕ ਨਾਓ, ਪਾਪਾਂ ਨਾਲ ਕਰੇ ਨਿਰਜਾਸੀ। ਭਾਈ ਸਾਹਿਬ ਜੀ ਦੀ ਠੇਠ ਪੰਜਾਬੀ ਹੈ, ਠੇਠ ਪੰਜਾਬੀ। ਸੋ ਇੱਕ ਗਹਿਣੇ ਇੱਕ ਨਾਮ ਰੱਖਤਾ ਆਪਣਾ, ਇੱਕ ਘੜੀ ਦਾ ਸਿਮਰਨ ਬ੍ਰਹਮ ਗਿਆਨੀ ਨੇ ਜਪਿਆ ਅਤੇ ਕਹਿਣ ਲੱਗੇ ਆਹ ਲੈ ਲਾ ਗਹਿਣੇ ਜਿਵੇਂ ਆਪਾਂ ਰੱਖ ਦਿੰਦੇ ਹਾਂ, ਇੱਕ ਨਾਮ ਰੱਖ ਦਿੱਤਾ, ਪਾਪਾਂ ਨਾਲ ਨਿਰਣਾ ਕਰਨ ਲੱਗ ਪਿਆ, ਬ੍ਰਹਮ ਗਿਆਨੀ ਦਾ ਜਪਿਆ ਇੱਕ ਘੜੀ ਨਾਮ, ਉਹ ਤਾਂ ਪਾਪਾਂ ਨੂੰ ਇਉਂ ਸਾੜ ਕੇ ਸਵਾਹ ਕਰ ਦਿੰਦਾ ਹੈ ਜਿਵੇਂ ਵੱਡਾ ਮੂੰਹਾਂ ਮਣੀ ਲੱਕੜਾਂ ਦਾ ਢੇਰ ਲੱਗਾ ਹੋਏ ਸੁੱਕੀਆਂ ਦਾ,
ਛੋਟਾ ਜਿਹਾ ਗੋਹਾ ਵਿੱਚ ਰੱਖ ਦਈਏ ਬਾਲ ਕੇ ਚੰਗਿਆੜੀ ਅੱਗ ਦੀ, ਬਲਦੀ ਧੁਖਦੀ ਹੋਈ ਰੱਖ ਦਈਏ ਅਤੇ ਬਲ ਕੇ ਸਾਰੀ ਛੋਟੀ ਜਿਹੀ ਚੰਗਿਆੜੀ ਸੁਬਾਹ ਕਰ ਦਿੰਦੀ ਹੈ ਮੂੰਹਾਂ ਮਣੀ ਲੱਕੜਾਂ ਨੂੰ। ਇਉਂ ਪਾਪ ਸਾੜ ਦਿੰਦਾ ਰੱਬ ਦਾ ਪਿਆਰਾ, ਸੋ ਉਹਦੀ ਨਿਗਾਹ ਵਿੱਚ ਵੀ ਅੰਮ੍ਰਿਤ ਹੁੰਦਾ ਹੈ। ਉਸ ਵੇਲੇ ਇੱਕ ਨਾਮ ਇੱਕ ਘੜੀ ਸਿਮਰਨ ਕੀਤਾ, ਜਦੋਂ ਰੱਖਿਆ ਪਾਪਾਂ ਨਾਲ ਨਿਰਣਾ ਕੀਤਾ, ਸਭ ਜੀਵਾਂ ਦੀ ਕਲਿਆਣ ਹੋ ਗਈ, ਛੁੱਟ ਗਏ ਸਭ, ਐਸੀ ਬਖਸ਼ਿਸ਼ ਐਸੀ ਮੰਨੀ ਗਈ ਰੱਬ ਦੇ ਪਿਆਰੇ ਦੀ। ਤਾਂ ਦਰਗਾਹ ਭੀ ਮਾਨੇ ਹੋ, ਉਹਨਾਂ ਦੀ ਦਰਗਾਹ ਵਿੱਚ ਵੀ ਮੰਨੀ ਜਾਂਦੀ, ਉੱਥੇ ਸਤਿਕਾਰ ਮਿਲਦਾ, ਜਿੱਥੇ ਵੱਡਿਆਂ ਵੱਡਿਆਂ ਦੀ ਗੱਲ ਕੋਈ ਪੁੱਛ ਪੜਤਾਲ ਨਹੀਂ। ਹਾਰ ਜਾਂਦੇ ਨੇ ਨਾਮ ਤੋਂ ਬਿਨਾਂ, ਕੁਰਲਾਉਣਾ ਪੈਂਦਾ, ਝੂਠੇ ਹੋਣਾ ਪੈਂਦਾ। ਸੋ ਮਹਾਰਾਜ ਸਾਹਿਬ ਜੀ ਕਹਿੰਦੇ, ਹੇ ਸਤਿਗੁਰੂ ਜੀ, ਤੁਹਾਡੀ ਸੰਗਤ ਕਰਕੇ ਜਾਣ ਲਿਆ, ਮੰਨ ਲਿਆ ਰੱਬ ਦੇ ਪਿਆਰਿਆਂ ਨੂੰ ਕਾਨ ਘਨੌੜ ਹੀ ਨਹੀਂ ਰਹਿੰਦੀ। ਸੋ ਭਗਤ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵੀ ਬਚਨ ਕਹਿ ਦਿੱਤੇ ਨੇ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਐਸੇ ਸੁਰਖਰੂ ਹੋ ਕੇ ਜਾਂਦੇ ਨੇ ਰੱਬ ਦੇ ਪਿਆਰੇ, ਉਹਨਾਂ ਦੀ ਉੱਥੇ ਵੀ ਮੰਨੀ ਜਾਂਦੀ ਹੈ। ਰੇ ਰੇ ਦਰਗਾਹ ਕਹੈ ਨਾ ਕੋ, ਨਾਮ ਜਪਣ ਵਾਲਿਆਂ ਨੂੰ ਆਪ ਜੀ ਦੇ ਪਾਵਨ ਬਚਨ ਨੇ ਪੰਚਮ ਪਾਤਸ਼ਾਹ ਦੇ, ਓਏ ਓਏ ਕਹਿ ਕੇ ਵੀ ਦਰਗਾਹ ਦੇ ਵਿੱਚ ਕੋਈ ਨਹੀਂ ਬੁਲਾਉਂਦਾ, ਰੁੱਖੇ ਬੋਲ ਬੋਲ ਕੇ ਰੁੱਖਾ ਵੀ ਨਹੀਂ ਕੋਈ ਬੋਲਦਾ। ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠ ਆਦੁਰ ਸੁਭ ਦੇਵੂ, ਕੀ ਕਹਿ ਕੇ ਬੁਲਾਉਂਦੇ ਨੇ, ਚਲੇ ਵੀ ਜਾਣ ਜਨਕ ਵਾਂਗ, ਆਓ ਬੈਠੋ ਰੱਬ ਦੇ ਪਿਆਰਿਓ, ਸੋਹਣੇ ਥਾਂ ਬੈਠੋ, ਧੰਨ ਭਾਗ ਸਾਡੇ ਕੋਲ ਤਾਂ ਪਾਪੀ ਆਉਂਦੇ, ਗੁਨਾਹਗਾਰ ਆਉਂਦੇ ਨੇ, ਤੁਸੀਂ ਰੱਬ ਦੇ ਪਿਆਰੇ ਹੋ, ਆਏ ਹੋ, ਦਰਸ਼ਨ ਦਿੱਤਾ ਹੈ, ਸੋ ਆਓ ਬੈਠੋ ਸੋਹਣੇ ਥਾਂ। ਆਪਣਾ ਆਸਣ ਛੱਡ ਕੇ ਸਤਿਕਾਰ ਦਿੰਦੇ ਨੇ, ਸੋ ਰੇ ਰੇ ਦਰਗਾਹ ਕਹੈ ਨਾ ਕੋ, ਆਓ ਬੈਠਾ ਦੁਰ ਸੁਭ ਦੇਵੂ, ਵਾ ਮਹਿਲੀ ਪਾਵੈ ਤੂੰ ਬਾਸਾ, ਜਨਮ ਮਰਨ ਨਹਿ ਹੋਏ ਬਿਨਾਸਾ। ਐਸੇ ਮਹਿਲ ਵਿੱਚ ਨਿਵਾਸ ਹੁੰਦਾ ਸੱਚਖੰਡ ਦੇ ਵਿੱਚ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਸੋ ਤਾਂ ਦਰਗਾਹ ਭੀ ਮਾਨਿਓ, ਉਸ ਦਰਗਾਹ ਦੇ ਵਿੱਚ ਵੀ ਮੰਨੇ ਜਾਂਦੇ ਨੇ ਉਹ ਜੀਵ, ਜਿਹੜੇ ਤੁਹਾਡੀ ਸੰਗਤ ਕਰ ਲੈਂਦੇ ਹੈ, ਗਿਆਨ ਹੋ ਜਾਂਦਾ, ਨਾਮ ਜਪਦੇ ਨੇ ਗਿਆਨ ਹੋ ਜਾਂਦਾ, ਪ੍ਰਵਾਨ ਹੋ ਜਾਂਦੇ ਨੇ ਜਿਹੜੇ, ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਐਸਾ ਤੁਹਾਡੀ ਸੰਗਤ ਦੇ ਵਿੱਚੋਂ ਗਿਆਨ ਹੋ ਜਾਂਦਾ। ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ ਕਿ ਉਸ ਦਰਗਾਹ ਦੇ ਵਿੱਚ, ਤਾਂ ਦਰਗਾਹ ਭੀ ਮਾਨੇ ਹੋ, ਉਸ ਦਰਗਾਹ ਦੇ ਵਿੱਚ ਤਿੱਥੇ ਵੀ ਮੰਨੇ ਜਾਂਦੇ ਨੇ ਉਹ। ਰਹਾਓ ਕਮਨ ਮੂਲ ਪ੍ਰਾਣੀ ਕਾ ਕਹੀਐ, ਕਮਨ ਰੂਪ ਦ੍ਰਿਸ਼ਟਾਨੇ ਹੋ। ਸੱਚੇ ਪਾਤਸ਼ਾਹ ਜੀ ਵੇਖੋ ਕੈਸਾ ਯਾਦ ਕਰਾ, ਕਮਨ ਮੂਲ ਪ੍ਰਾਣੀ ਕਾ ਕਹੀਐ, ਇਹ ਪ੍ਰਾਣਾਧਾਰੀ ਜੀਵ ਦਾ ਦੇਹੀ ਦਾ ਮੂਲ ਕੀ ਕਿਹਾ ਜਾਂਦਾ, ਕੀ ਕਹੀਏ, ਇਹਦਾ ਮੂਲ ਕੀ ਹੈ? ਪੈਦਾ ਹੋਣ ਤੋਂ ਵੇਲੇ ਮਾਤਾ ਪਿਤਾ ਦੇ ਸੰਯੋਗ ਤੋਂ ਇਹ ਸਾਧ ਸੰਗ ਜੀ ਨਿੰਮਦਾ ਹੈ, ਮਾਤਾ ਦੇ ਪੇਟ ਵਿੱਚ ਗਰਭ ਵਿੱਚ। ਮੂਲ ਕੀ ਹੈ? ਮੂਲ ਨੂੰ ਜੇ ਵੇਖੀਏ, ਕਿਰਨਾ ਆਉਂਦੀ ਕਿਰਨਾ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ ਕਿ ਸੋ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਤਨ ਤਨ ਸਭ ਰਸ ਗੋਬਿੰਦ, ਮੈਂ ਨਾ ਹੀ ਕਛਾਹੇ ਨਾ ਮੋਰਾ, ਤਨ ਤਨ ਗੋਬਿੰਦ ਸਭ ਰਸ ਤੋਰਾ। ਪਾਣੀ ਮੈਲਾ, ਪਿਤਾ ਦਾ ਬਿੰਦ ਅਤੇ ਮਾਤਾ ਦਾ ਖੂਨ ਹੈ, ਸੰਯੋਗ ਹੋਣ ਤੋਂ ਇਹਦੇ ਤੋਂ ਨਿੰਮਦਾ, ਸਥਿਤ ਹੁੰਦਾ ਹੈ, ਫਿਰ ਹੌਲੀ ਹੌਲੀ ਪੇੜਾ ਜਿਹਾ ਬਣਦਾ, ਪਹਿਲਾਂ ਵੱਧਦਾ ਹੈ, 6 ਮਹੀਨਿਆਂ ਵਿੱਚ ਪੂਰੇ ਅੰਗ ਬਣ ਜਾਂਦੇ ਨੇ, ਅੰਗ ਪ੍ਰਤੰਗ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਨੇ, ਗਢੇਂਦਿਆਂ 6 ਮਾਹ ਸੋ ਤੁੜਾਂਦਿਆਂ 1 ਖਿਨੋ, ਗਢੇਂਦਿਆਂ ਇਹਨੂੰ ਬਣਦਿਆਂ ਹੋਇਆ ਪੂਰਾ ਢਾਂਚਾ, ਮਾਤਾ ਦੇ ਗਰਭ ਵਿੱਚ ਹੱਡੀਆਂ ਦਾ, ਮਾਤਾ ਪਿਤਾ ਰਕਤ ਦਾ, ਬਿੰਦ ਦਾ, ਹੱਡੀਆਂ ਦਾ, ਮਾਸ, ਮਿੱਝ, ਇਹ ਸਾਰਾ ਢਾਂਚਾ ਬਣਦਿਆਂ ਹੋਇਆਂ 6 ਮਹੀਨੇ ਲੱਗ ਜਾਂਦੇ ਨੇ। ਫਿਰ ਵਾਹਿਗੁਰੂ ਦੀ ਸੁੰਦਰ ਜਿਹੜੀ ਜੋਤ ਅੰਦਰ ਆਤਮਾ ਪ੍ਰਵੇਸ਼ ਕਰਦੀ ਹੈ। ਔਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਾਣੀ ਮੈਲਾ ਹੈ, ਬਿੰਦ ਮੈਲਾ ਹੈ, ਮਾਟੀ ਗੋਰੀ, ਮੈਲੇ ਪਾਣੀ ਤੋਂ ਵਾਹਿਗੁਰੂ ਨੇ ਮਾਤਾ ਦੇ ਖੂਨ ਨੂੰ ਰਲਾ ਕੇ
ਸੋਹਣੀ ਮਿੱਟੀ ਹੈ ਜਿਹੜੀ ਨਾ, ਸੋਹਣੀ ਚਮੜੀ ਹੈ ਗੋਰੀ ਬਣਾ ਦਿੱਤੀ, ਕਿੰਨੀ ਸੋਹਣੀ, ਕਿਆ ਸੋਹਣੀ। ਇਸ ਮਾਟੀ ਕੀ ਪੁਤਰੀ ਜੋਰੀ, ਇਹ ਮਿੱਟੀ ਦੀ ਸੋਹਣੀ ਪੁਤਲੀ ਦੇਹ ਰੂਪੀ ਜੋੜ ਦਿੱਤੀ ਵਾਹਿਗੁਰੂ ਨੇ। ਕਵਨ ਮੂਲ ਪ੍ਰਾਣੀ ਕਾ ਕਹੀਐ, ਕੀ ਮੂਲ ਹੈ ਪ੍ਰਾਣੀ ਦਾ, ਮੁੱਢ ਪਛਾਣੀਏ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ, ਪਹਿਲੇ ਪਾਤਸ਼ਾਹ ਦੇ ਬਚਨ ਨੇ ਰਕਤ ਬਿੰਦ ਦਾ ਇਹ ਸਰੀਰ ਅੱਗ ਦੇ ਪਾਸ ਰੱਖਿਆ ਜਾਂਦਾ, ਅੱਗ ਦੇ ਵਿੱਚ ਸੋ ਪਾਲਣਾ ਪੋਸ਼ਣਾ ਹੁੰਦੀ, ਜਠਰਾਗਣੀ ਦੇ ਵਿੱਚ ਪੱਕਦਾ ਹੈ। ਕਵਨ ਰੂਪ ਦ੍ਰਿਸ਼ਟਾਨਿਓ, ਸੋ ਕਿਹੜੇ ਮੂਲ ਤੋਂ ਮੈਲੇ ਤੋਂ, ਅਤੇ ਕਿੰਨਾ ਸੋਹਣਾ ਢਾਂਚਾ ਬਣਿਆ, ਜਨਮ ਹੋਇਆ ਸੋਹਣਾ, ਚਮੜੀ ਦਾ ਉੱਤੇ ਸੋਹਣਾ ਪੋਚਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਲਾ ਦਿੱਤਾ। ਨੈਣ ਪ੍ਰਾਣ ਸਭ ਅੰਗ ਪ੍ਰਤੰਗ ਆਪੋ ਆਪਣੀ ਜਗ੍ਹਾ, ਸੋ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ ਐਸਾ ਸੋਹਣਾ ਸੱਚੇ ਪਾਤਸ਼ਾਹ ਨੇ ਜੀਵਾਤਮਾ ਪਾ ਕੇ ਸੋਹਣਾ ਚਲਾ ਦਿੱਤਾ, ਕਰੰਟ ਦੇ ਦਿੱਤਾ ਆਪਣਾ, ਜਿਹਦੇ ਕਰਕੇ ਹਮੇਸ਼ਾ ਹੀ ਚੱਲਦਾ ਫਿਰਦਾ ਛਾਲਾਂ ਮਾਰਦਾ ਕੁੱਦਦਾ ਰਹਿੰਦਾ ਹੈ। ਕਮਨ ਰੂਪ ਦ੍ਰਿਸ਼ਟਾਨਿਓ, ਵੇਖੋ ਕਿੰਨਾ ਸੋਹਣਾ ਰੂਪ ਜਿਹੜਾ ਹੈ, ਸੋਹਣਾ ਜੇ ਚਮੜੀ ਨਾ ਸੱਚੇ ਪਾਤਸ਼ਾਹ ਲਾਉਂਦੇ ਤਾਂ ਮੱਖੀਆਂ ਨੇ ਖਾ ਜਾਣਾ ਸੀ। ਸੋ ਸੋਹਣਾ ਪੋਚਾ ਮਾਰ ਦਿੱਤਾ ਉੱਤੇ, ਜਿਵੇਂ ਪੁਰਾਣੇ ਸਮਿਆਂ ਵਿੱਚ ਕੱਚੀਆਂ ਕੰਧਾਂ ਹੈ ਤਾਂ ਕੱਚੀ ਕੰਧ ਵਾਂਗ ਹੀ ਹੈ, ਸੋ ਬਣਾ ਕੇ ਮਿੱਟੀ ਦੀਆਂ ਅਤੇ ਉੱਤੇ ਸੋਹਣਾ ਪੋਚਾ ਮਾਈਆਂ ਫੇਰ ਦਿੰਦੀਆਂ ਸੀ, ਸੋ ਉੱਤੇ ਡਿਜ਼ਾਇਨ ਪਾਉਂਦੀਆਂ ਸੀ ਵੱਖਰੇ, ਇਉਂ ਸੱਚੇ ਪਾਤਸ਼ਾਹ ਨੇ ਸੋਹਣਾ ਪੋਚਾ ਫੇਰ ਦਿੱਤਾ। ਕਮਲ ਰੂਪ ਦ੍ਰਿਸ਼ਟਾਨੇ ਓ, ਸੋ ਵੇਖੋ ਕਿੰਨਾ ਸੋਹਣਾ ਰੂਪ, ਨਰ ਨਰਾਇਣੀ ਦੇ ਨਜ਼ਰ ਆਈ ਹੈ ਇਹਦੇ ਤੋਂ। ਜੋਤ ਪ੍ਰਗਾਸ ਪਹੀ ਮਾਟੀ ਸੰਗ, ਦੁਲੱਭ ਦੇਹ ਬਖਾਨੇ ਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਉਂ ਬਣਾ ਕੇ ਜੋਤ ਪ੍ਰਗਾਸ ਪਹੀ ਮਾਟੀ ਸੰਗ, ਪਹਿਲਾਂ ਤਾਂ ਮਿੱਟੀ ਹੈ, ਮਾਤਾ ਦੇ ਖੂਨ ਤੋਂ ਪਿਤਾ ਦੇ ਬਿੰਦ ਤੋਂ ਇਹ ਸਥਿਤ ਹੋਇਆ, ਪੰਜਾਂ ਤੱਤਾਂ ਦੀ ਮਿੱਟੀ ਬਣੀ, ਮਿੱਟੀ ਦੁਆਰਾ ਫੁੱਲਦਾ ਫੁੱਲਦਾ ਬਣ ਗਿਆ ਸਰੀਰ। ਮਾਟੀ ਸੰਗ ਜੋਤ ਪ੍ਰਗਾਸ ਪਹੀ ਮਾਟੀ ਸੰਗ, ਇਹ ਮਿੱਟੀ ਦੇ ਨਾਲ ਫਿਰ ਜੋਤ ਪ੍ਰਗਾਸ਼ ਹੋ ਗਈ ਵਾਹਿਗੁਰੂ ਦੀ, ਅੰਦਰ ਆਪਣੀ ਚੇਤਨ ਸੱਤਾ ਆਪਣੀ ਕਲਾ ਰੱਖ ਦਿੱਤੀ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾਈਟ ਆਪਣੀ ਦੇ ਪ੍ਰਤੀਬਿੰਬ ਪਾ ਦਿੱਤਾ। ਪਰਮ ਤੱਤ ਜਿਹੜੀ ਬਾਤ ਆ, ਸੋ ਬਾਹਰ ਪਰਮ ਜੋਤ ਹੈ, ਸਰਬ ਸ਼ਕਤੀਮਾਨ ਅਕਾਲ ਪੁਰਖ ਨੇ ਪ੍ਰਤਿਬਿੰਬ ਆਪਣਾ ਪਾ ਦਿੱਤਾ, ਅੰਦਰ ਪ੍ਰਤਿਬਿੰਬ ਟਿਕਾ ਦਿੱਤਾ, ਪਰਛਾਵਾਂ ਸੋਹਣੀ ਜੋਤ ਕਲਾ ਸ਼ਕਤੀ। ਜੋਤ ਪ੍ਰਗਾਸ ਪਹੀ ਮਾਟੀ ਸੰਗ, ਇਹ ਮਿੱਟੀ ਦੇ ਨਾਲ ਜਦੋਂ ਅੰਦਰ ਪ੍ਰਗਾਸ਼ ਹੋ ਗਈ ਤਾਂ ਦੁਲੱਭ ਦੇਹ ਬਖਾਨੇ ਓ, ਦੁਲੱਭ ਜਿਹੜੀ ਦੂਜੀ ਵਾਰ ਲੱਭਣੀ ਕਠਿਨ, ਦੋ ਦਾ ਅਰਥ ਕਠਿਨ ਜਿਹੜੀ ਲੱਭਣੀ ਹੋਵੇ ਦੂਜੀ ਵਾਰ, ਵਾਰ ਵਾਰ ਨਹੀਂ ਜੇ ਮਿਲਦੀ, ਇਹ ਬਹੁਤ ਉੱਚੇ ਚੰਗੇ ਕਰਮਾਂ ਭਾਗਾਂ ਦੀ ਨਿਸ਼ਾਨੀ ਹੈ ਸਾਧ ਸੰਗਤ, ਇਹ ਦੁਲੱਭ ਦੇ ਬਖਾਨਿਓ, ਇਹਨੂੰ ਸੋਹਣੀ ਦੁਰਲੱਭ ਦੇ ਹੀ ਕਹੀ ਗਈ। ਸਾਰਿਆਂ ਤੋਂ ਸਿਆਣਾ ਹੈ, 84 ਲੱਖ ਜੂਨੀਆਂ ਦਾ ਸਿਰਦਾਰ ਹੈ, ਅਕਲ ਦਿਮਾਗ ਹੋਣ ਕਰਕੇ, ਸੋ ਹੁਸ਼ਿਆਰ ਹੋਣ ਕਰਕੇ ਜਾਗਦੇ ਦਿਮਾਗ ਵਾਲਾ ਮੰਨਿਆ। ਪਸ਼ੂ ਪੰਛੀ ਜਿਹੜੇ ਨੇ, ਸੋ ਇਹ ਜਾਗਦੇ ਦਿਮਾਗ ਵਾਲੇ ਨਹੀਂ ਹਨ, ਸੋ ਜਾਗਦੇ ਦਿਮਾਗ ਵਾਲਾ ਮੰਨਿਆ ਦੁਰਲੱਭ ਦੇ ਹੀ ਹੈ, ਮਸ਼ੀਨਰੀ ਵਾਂਗ ਤੁਰਿਆ ਫਿਰਦਾ। ਐਸੀ ਵਾਹਿਗੁਰੂ ਦੀ ਚੇਤਨ ਸੱਤਾ ਦੁਰਲੱਭ ਦੇਹ ਬਖਾਨੇ ਓ, ਵਾਰ ਵਾਰ ਨਹੀਂ ਮਿਲਦੀ, ਇੱਕੇ ਵਾਰ ਮਿਲਦੀ ਹੈ, ਇਸ ਕਰਕੇ ਇਹਨੂੰ ਦੁਰਲੱਭ ਦੇ ਹੀ ਕਹੀ ਹੈ। ਕਿਹਾ ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰ ਹੈ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਿਰਾ ਹੈ, ਬੋਹਰ ਨਾ ਲੱਗਾ ਡਾਰ। ਸੋ ਪੱਕੇ ਹੋਏ ਫਲ ਦੀ ਨਿਆਈ ਜਿਵੇਂ ਇੱਕ ਵਾਰ ਲੱਗਦਾ ਮੁੜ ਕੇ ਡਿੱਗ ਪੈਂਦਾ, ਉਹ ਨਹੀਂ ਲੱਗਦਾ, ਨਵਾਂ ਲੱਗਦਾ ਆਪਦੇ ਥਾਂ। ਸੋ ਇਹ ਮਾਨਸ ਜਨਮ ਵੀ ਐਸਾ ਹੈ, ਵਾਰ ਵਾਰ ਨਹੀਂ ਕਹਿੰਦੇ ਪ੍ਰਾਪਤ ਹੁੰਦਾ। ਦੁਲੱਭ ਦੇਹ ਪਾਈ ਵੱਡ ਭਾਗੀ, ਵੱਡਿਆਂ ਭਾਗਾਂ ਕਰਕੇ ਦੇਹੀ ਮਿਲੀ ਹੈ। ਨਾਮ ਨਾ ਜਪੈ ਤੇ ਆਤਮਘਾਤੀ, ਜੇ ਨਾਮ ਨਹੀਂ ਜਪਦਾ ਤਾਂ ਸਮਝ ਲਓ ਆਪਣੇ ਆਪ ਆਤਮਘਾਤੀ ਹੈ, ਇੰਨਾ ਘਾਟਾ ਹੈ। ਦੁਰਲੱਭ ਦੇਹ ਬਖਾਨੇ ਓ, ਧਾਰਮਿਕ ਗ੍ਰੰਥਾਂ ਨੇ ਦੁਰਲੱਭ ਦੇਹ ਹੀ ਇਹਨੂੰ ਕਥਨ ਕੀਤਾ ਹੈ। ਅਮੋਲਕ ਨਰ ਨਰਾਇਣੀ, ਫਿਰਤ ਫਿਰਤ ਬਹੁਤੇ ਯੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬੜੇ ਚਿਰ ਤੋਂ ਬਾਅਦ, 84 ਲੱਖ ਜੂਨੀਆਂ ਦੇ ਵਿੱਚ ਭ੍ਰਮਣ ਕਰਨ ਤੋਂ ਬਾਅਦ,
ਬਹੁਤ ਫਿਰਦਾ ਰਿਹਾ ਹੈ, ਫਿਰ ਜਾ ਕੇ ਪ੍ਰਾਪਤ ਹੋਈ ਹੈ। ਦੁਰਲੱਭ ਦੇ ਬਖਾਨਿਓ ਐਸੀ ਇਹ ਦੇਹੀ ਹੈ, ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤੱਤ ਪਛਾਣਿਓ। ਪਹਿਲਾ ਭਾਵ ਸੱਚੇ ਪਾਤਸ਼ਾਹ ਸੰਬੋਧਨ ਕਰ ਰਹੇ ਨੇ, ਇੱਕੋ ਇੱਕ ਦੇਹੀ ਜੀ ਦੇ ਦੁਆਰਾ ਭਗਤੀ ਹੁੰਦੀ ਹੈ। ਭਗਤੀ ਸਹਿਤ ਗਿਆਨ ਹੈ, ਗੁਰੂ ਕੀ ਬਖਸ਼ਿਸ਼ ਹੈ, ਵਾਹਿਗੁਰੂ ਦਾ ਆਪਣੇ ਨਿਜਾਨੰਦ ਵਿੱਚ ਪਹੁੰਚਣ ਦਾ ਧਿਆਨ ਹੈ। ਸੋ ਪਰਮਾਨੰਦ ਹੈ ਜਿਹਦੇ ਰਾਹੀਂ ਬਾਕੀ ਜੂਨੀਆਂ ਰਾਹੀਂ। ਤੁਮ ਤੇ ਸੇਵ, ਵੇਖ ਤੇਰੇ ਤੋਂ ਹੀ ਸੇਵਾ ਹੋ ਸਕਦੀ ਹੈ। ਤੁਮ ਤੇ ਜਪ ਤਾਪਾ, ਤੇਰੀ ਰਸਨਾ ਦੁਆਰਾ ਜਪ ਅਤੇ ਸੇਵਾ ਸਿਮਰਨ ਤਪ ਹੋ ਸਕਦਾ ਹੈ, ਤੂੰ ਕਰ ਸਕਦਾ ਹੈ। ਤੁਮ ਤੇ ਤੱਤ ਪਛਾਣਿਓ, ਤੇਰੀ ਇਸ ਦੇਹੀ ਰਾਹੀਂ ਉਹ ਵਾਹਿਗੁਰੂ ਦੀ ਜੋਤ ਜਿਹੜੀ ਅੰਦਰ ਤੱਤ ਸਰੂਪ ਹੈ ਨਾ, ਆਤਮਾ ਸੱਚੀ ਹੈ, ਉਹਨੂੰ ਪਛਾਣ ਲਈਦਾ। ਇਹ ਗੁਰਸਿੱਖ ਹੈ ਮਨੁੱਖ, ਇਹਦਾ ਇੰਨਾ ਇਹਦਾ ਲਾਭ ਹੈ, ਇਹਦੇ ਰਾਹੀਂ ਇਹ ਕੁਝ ਹੋਣਾ, ਬਾਕੀ ਜੂਨੀਆਂ ਰਾਹੀਂ ਨਹੀਂ। ਕਰਕੇ ਭਗਤ ਕਬੀਰ ਜੀ ਨੇ ਕਿਹਾ, ਇਹੋ ਪ੍ਰਮਾਣ ਕੀਤਾ ਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਨੂੰ ਦੇਵੀ ਦੇਵਤੇ ਵਿੱਚ ਯਾਦ ਕਰਦੇ, ਸਾਨੂੰ ਪ੍ਰਾਪਤ ਹੋ ਜਾਵੇ, ਉਹ ਦੇਹੀ ਦਾ ਭਜਨ ਕਰ, ਵਾਹਿਗੁਰੂ ਦੀ ਸੇਵਾ ਕਰ। ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਭਗਤੀ ਦੀ ਕਮਾਈ ਕਰਨ ਵਾਸਤੇ ਤਦੇ ਕਰਕੇ ਤਾਂ ਮਿਲੀ ਹੈ, ਇਸ ਕਰਕੇ ਇਹ ਕਰੇ ਤਾਂ ਇਹਦੇ ਤੋਂ ਇਹ ਹੁੰਦਾ ਹੈ, ਤਾਂ ਤੈਨੂੰ ਮਿਲੀ ਹੈ, ਮੌਕਾ ਮਿਲਿਆ ਵਾਹਿਗੁਰੂ ਵੱਲੋਂ ਸੁਨਹਿਰੀ ਮੌਕਾ। ਸੋ ਦੂਜੀਆਂ ਜੂਨੀਆਂ ਵਿੱਚ ਨਹੀਂ। ਇਹ ਵੀ ਪਾਵਨ ਬਚਨ ਆਏ ਨੇ ਕਿ ਚਾਰ ਪਾਵ ਦੋਏ ਸਿੰਘ ਗੁੰਗ ਮੁੱਖ, ਸੋ ਤਬ ਕੈਸੇ ਗੁਣ ਗਈ ਹੈ। ਜਦੋਂ ਚੌ ਪਾਇਆ ਪਸ਼ੂ ਬਣ ਗਿਆ, ਚਾਰ ਪੈਰ ਹੋਏ, ਦੋ ਸਿਰ 'ਤੇ ਸਿੰਘ ਹੋਏ, ਮੂੰਹ ਗੁੰਗਾ ਹੋਇਆ, ਉਦੋਂ ਵਾਹਿਗੁਰੂ ਦੇ ਗੁਣ ਗਾਵੇਂਗਾ, ਉਦੋਂ ਗੁਰੂ ਕੀ ਸੰਗਤ ਕਰੇਗਾ? ਨਹੀਂ, ਕਦੇ ਵੀ, ਕਦੇ ਨਹੀਂ ਕੀਰਤਨ ਸੁਣਿਆ ਜਾਣਾ, ਕਦੇ ਵੀ ਨਹੀਂ ਅੰਮ੍ਰਿਤ ਦੀ ਦਾਤ ਮਿਲਣੀ, ਕਦੇ ਵੀ ਨਹੀਂ ਨਿਤਨੇਮ ਦੀ ਪ੍ਰਾਪਤੀ ਹੋਣੀ। ਇਸੇ ਕਰਕੇ ਭਾਈ ਸਾਹਿਬ ਜੀ ਨੇ ਕਿਹਾ, ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗਤ, ਨਿਸ ਦਿਨ ਕੀਰਤਨ ਸਮੇਂ ਚੱਲ ਜਾਈਐ। ਵੱਡਿਆਂ ਭਾਗਾਂ ਵਾਲੇ ਹੋ ਤੁਸੀਂ ਜਿਹੜੇ ਲਾਹੇ ਲੈਂਦੇ ਹੋ ਕਥਾ ਕੀਰਤਨ ਦੇ। ਭਾਈ ਸਾਹਿਬ ਜੀ ਕਥਨ ਕਰਦੇ ਨੇ, ਕਿੱਥੇ ਫੇਰੇ ਜੇ ਲੰਘਿਆ ਸਮਾਂ, ਦੁਲੱਭ ਦੇਹੀ ਦਾ ਗਵਾ ਲਿਆ, ਕਤ ਪੁੰਨ ਮਾਨਸ ਜਨਮ, ਫਿਰ ਕਿੱਥੇ ਮਨੁੱਖਾ ਸਰੀਰ ਜਨਮ। ਕਤ ਪੁੰਨ ਮਾਨਸ ਜਨਮ ਕਤ ਸਾਧ ਸੰਗਤ, ਕਿੱਥੇ ਸਾਧ ਸੰਗਤ? ਕਰਕੇ ਨਿਸ ਦਿਨ, ਦਿਨੇ ਰਾਤ ਜਦੋਂ ਕੀਰਤਨ ਹੋਵੇ ਗੁਰੂ ਕੀ ਬਾਣੀ ਦਾ, ਸੋ ਉੱਥੇ ਚੱਲ ਕੇ ਜਾਣਾ ਚਾਹੀਦਾ, ਨਹੀਂ ਆਲਸ ਕਰਨੀ ਚਾਹੀਦੀ, ਘਰ ਵਿੱਚ ਹੀ ਨਹੀਂ ਲੇਟੇ ਰਹਿਣਾ ਚਾਹੀਦਾ, ਸੋ ਲਾਹ ਲੈਣਾ ਚਾਹੀਦਾ ਹੈ। ਸੋ ਐਸਾ ਹੈ ਮਹਾਰਾਜ ਸਾਹਿਬ, ਪਹਿਲਾ ਭਾਵ ਇਹ ਹੋਈ ਹੈ ਮਾਨਸ ਦੇਹੀ, ਦੂਜਾ ਭਾਵ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤੱਤ ਪਛਾਣਿਓ। ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਤੁਹਾਡੀ ਸੰਗਤ ਕਰਕੇ ਇਹ ਜਾਣ ਲਿਆ ਕਿ ਅਸੀਂ ਜੇ ਨਾਮ ਜਪਾਂਗੇ ਤਾਂ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਪ੍ਰਵਾਨ ਹੋ ਜਾਵਾਂਗੇ। ਸੋ ਤੁਹਾਡੀ ਜੋਤ ਅੰਦਰ ਹੈ, ਤੁਸੀਂ ਕਿਰਪਾ ਕਰੋ, ਸਾਡੇ ਵੱਸ ਕੁਝ ਵੀ ਨਹੀਂ, ਤੁਹਾਡੇ ਜੇ ਤੁਸੀਂ ਕਿਰਪਾ ਕਰੋ, ਤੁਹਾਡੇ ਤੋਂ ਹੀ ਸੇਵਾ ਹੋ ਸਕਦੀ ਹੈ ਕਿਰਪਾ ਨਾਲ, ਤੁਮ ਤੇ ਜਪ ਤਾਪਾ ਤੁਹਾਡੀ ਕਿਰਪਾ ਨਾਲ ਹੀ ਜਪ ਤਪ, ਸੋ ਤੁਮ ਤੇ ਤੱਤ ਪਛਾਣਿਓ, ਤੁਹਾਡੀ ਮਿਹਰ ਦੀ ਨਿਗਾਹ ਨਾਲ ਗੁਰ ਕਿਰਪਾ ਜੇਹ ਨਰਕੋ ਕੀਨੀ ਤੇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਨੀ ਸੰਗ ਪਾਨੀ। ਇਹ ਤੱਤ ਪਛਾਣਿਆ ਜਾਂਦਾ ਹੈ, ਆਤਮਾ ਦਾ ਗਿਆਨ ਆਪਣਾ ਨਿੱਜ ਸਰੂਪ, ਕਰ ਮਸਤਕ ਧਰ ਕੱਟੀ ਜੇ ਵਰੀ ਨਾਨਕ ਦਾਸ ਦਸਾਨਿਓ। ਜਿਨ੍ਹਾਂ ਨੇ ਉਹ ਬੇਨਤੀਆਂ ਕੀਤੀਆਂ ਗੁਰੂ ਕੀ ਸਾਧ ਸੰਗਤ ਕਰਕੇ, ਫਿਰ ਮਹਾਰਾਜ ਸਾਹਿਬ ਕਿਰਪਾ ਕਰ ਦਿੰਦੇ ਨੇ ਸੱਚੇ ਪਾਤਸ਼ਾਹ ਜੀ, ਕਰ ਮਸਤਕ ਧਰ ਕੱਟੀ ਜੇਵਰੀ, ਉਹਨਾਂ ਦੇ ਮੱਥੇ 'ਤੇ ਕਿਰਪਾ ਰੂਪੀ ਹੱਥ ਰੱਖ ਦਿੱਤਾ ਅਤੇ ਮਾਇਆ ਦੇ ਮੋਹ ਦੀ ਭਰਮ ਜਾਲ ਦੀ ਜਿਹੜੀ ਰੱਸੀ ਪਈ ਹੋਈ ਸੀ, ਇਹ ਬੰਧਨ ਪਏ ਸੀ, ਕੱਟ ਕੇ ਸੁੱਟ ਦਿੱਤੀ ਸੱਚੇ ਪਾਤਸ਼ਾਹ ਨੇ, ਗੁਰਮੁਖ ਬਣਾ ਕੇ ਨਿਰਲੇਪ ਕਰ ਦਿੱਤਾ ਇਹਦੇ ਵਿੱਚ। ਨਾਨਕ ਦਾਸ ਦਸਾਨਿਓ, ਦਾਸਾਂ ਦੇ ਦਾਸ ਜਦੋਂ ਦਸਾਉਣਾ ਕੀਤਾ, ਸੋ ਗੁਰੂ ਦੇ ਸਿੱਖਾਂ ਦੇ ਸੇਵਕਾਂ ਦੇ ਸੇਵਕ ਬਣ ਗਏ ਜੀ। ਇੰਨੀ ਨਿਮਰਤਾ ਵਿੱਚ ਸੇਵਾ ਸਿਮਰਨ ਕੀਤਾ, ਸੱਚੇ ਪਾਤਸ਼ਾਹ ਨੇ ਕਿਰਪਾ ਰੂਪੀ ਹੱਥ ਰੱਖ ਕੇ ਮਾਇਆ ਦੇ ਮੋਹ ਦੀ ਜੇਵਰੀ ਰੱਸੀ ਕੱਟ ਦਿੱਤੀ, ਸੰਗਲ ਲਾ ਦਿੱਤੇ, ਮੁਕਤ ਕਰ ਦਿੱਤਾ, ਕਲਿਆਣ ਹੋ ਗਈ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਗੁਰੂ ਕਾ ਪਾਵਨ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀ ਆ, ਪਰਲੋਕ ਸੁਹੇਲਾ ਹੋ ਜਾਵੇ। ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ।
ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।